ਹੁਸ਼ਿਆਰਪੁਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਵੀ ਸੁਣਿਆ ਉਹ ਹੱਕਾ ਬੱਕਾ ਰਹਿ ਗਿਆ। ਕਹਾਣੀ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਨਾਲ ਜੁੜੀ ਹੈ ਜਿਸ ਦੀ ਸ਼ੁਰੂਆਤ ਪਿੰਡ ਸਲੋਹ ਜ਼ਿਲ੍ਹਾ ਉਨਾ ਤੋਂ ਹੋਈ ਪਰ ਅੰਤ ਹੁਸ਼ਿਆਰਪੁਰ ਵਿੱਚ ਹੋਇਆ। ਆਓ ਤੁਹਾਨੂੰ ਦੱਸਦਿਆਂ ਪੂਰੀ ਖਬਰ ਕੀ ਹੈ। ਮਾਮਲਾ ਇੱਕ ਟਰੈਕਟਰ ਨਾਲ ਜੁੜਿਆ ਹੈ ਜਿਸ ਵਿੱਚ ਝੋਨਾ ਲੱਦਿਆ ਹੋਇਆ ਸੀ ਤੇ ਟਰੈਕਟਰ ਦੇ ਮਾਲਕ ਨੇ ਸਵੇਰ ਦੇ ਸਮੇਂ ਝੋਨਾ ਮੰਡੀ ਲੈ ਕੇ ਜਾਣਾ ਸੀ ਪਰ ਜਦੋਂ ਉਹ ਸਵੇਰੇ ਉੱਠਿਆ ਤਾਂ ਉਸਨੇ ਦੇਖਿਆ ਕਿ ਟਰੈਕਟਰ ਚੋਰੀ ਹੋ ਚੁੱਕਿਆ ਹੈ। ਪੀੜਤ ਪਰਿਵਾਰ ਨੇ ਇਸ ਦੀ ਖਬਰ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਕਾਰਵਾਈ ਕਰਦਿਆਂ ਦੋ ਚੋਰਾਂ ਨੂੰ ਹੁਸ਼ਿਆਰਪੁਰ ਦੇ ਇੱਕ ਪਿੰਡ ਚੋਂ ਟਰੈਕਟਰ ਟਰਾਲੀ ਸਮੇਤ ਗ੍ਰਿਫਤਾਰ ਕਰ ਲਿਆ। ਮਿਲੀ ਜਾਣਕਾਰੀ ਅਨੁਸਾਰ ਚੋਰੀ ਦੀ ਇਸ ਵਾਰਦਾਤ ਨੂੰ 4 ਆਰੋਪੀਆਂ ਵੱਲੋਂ ਅੰਜਾਮ ਦਿੱਤਾ ਗਿਆ ਸੀ ਜਿਨ੍ਹਾਂ ਚੋਂ ਪੁਲਿਸ ਨੇ 2 ਆਰੋਪੀ ਗ੍ਰਿਫਤਾਰ ਕਰ ਲਿੱਤੇ ਨੇ ਪਰ 2 ਹਾਲੇ ਫਰਾਰ ਨੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰ ਸਵੇਰ 5:30 ਵਜੇ ਆਪਣੇ ਰੰਮੀ ਜੀ ਆਏ, ਸਾਡੇ ਹਿਮਾਚਲ ਦੇ ਇੱਕ ਪਿੰਡ ਪੈਂਦਾ ਸਲੋਹ ਪਿੰਡ ਪੈਂਦਾ ਜੀ, ਉਹਦੇ ਬੋਲਿਆ ਕਿ ਇਹਦੇ ਨਾਲ ਸਾਡਾ ਟਰੈਕਟਰ ਰਾਤ ਚੋਰੀ ਹੋ ਗਿਆ, ਉਸ ਵਿੱਚ ਧਾਨ ਲੱਦੀ ਹੋ ਤੇ ਔਰ ਧਾਨ ਵੈਸੇ ਖੁੱਲ੍ਹੇ ਵੱਜਦੇ, ਬੋਰੀ ਬਾਰਿਜ ਨਹੀਂ ਵੱਜਦੇ ਜੀ। ਅਸੀਂ ਕਿਹਾ ਚਲੋ ਕੋਈ ਬਾਤ ਨਹੀਂ, ਅਸੀਂ ਆਪਣੇ ਮੁਲਾਜ਼ਮ ਤਿਆਰ ਕੀਤੇ, ਜਾ ਰਹੀ ਨਾਲ ਭੇਜਤੇ ਔਰ ਸਾਰੀ ਫੋਟੋ ਚੈੱਕ ਕਰਦੇ ਆ ਗਏ ਜੀ ਰਾਸਤੇ ਵਿੱਚ, ਔਰ ਕਿਤੇ ਥੋੜ੍ਹਾ ਪਤਾ ਲੱਗਦਾ ਵੀ ਇੱਧਰ ਨੂੰ ਗਿਆ ਇੱਧਰ ਨੂੰ ਗਿਆ, ਲੇਕਿਨ ਅਸੀਂ ਜਿਹੜਾ ਇਸ ਟਾਈਮ ਇੱਥੇ ਇੱਕ ਦੁਸਹਿਰਾ ਗਰਾਊਂਡ ਹੈਗੀ ਬਾਹਾਂ ਉੱਥੇ ਅਸੀਂ ਗਏ ਤਾਂ ਉੱਥੇ ਸਾਨੂੰ ਨਹੀਂ ਅੱਗੇ ਲੋਕੇਸ਼ਨ ਨਹੀਂ ਮਿਲੀ ਜੀ, ਉੱਥੇ ਲੋਕੇਸ਼ਨ ਨਹੀਂ ਮਿਲੀ ਅੱਗੇ, ਫਿਰ ਅਸੀਂ ਫਿਰ ਵਾਪਸ ਆਏ, ਫਿਰ ਆਉਂਦੇ ਆਉਂਦੇ ਅਸੀਂ ਇੱਧਰ ਨੂੰ ਪਏ, ਆਉਂਦੇ ਆਉਂਦੇ ਘੁੰਮਦੇ ਸਾਰੇ ਇੱਧਰ ਆ ਗਏ। ਪਿੰਡ ਪੈਂਦਾ ਕਿਹੜਾ ਜੀ? ਅੱਜਵਾਲ ਸੈਂਚਾ ਪੈਂਦਾ, ਸੈਂਚਾ ਪਿੰਡ ਪੈਂਦੇ ਇੱਥੇ, ਅਸੀਂ ਰਸਤੇ ਦੇ ਸਾਹਮਣੇ ਦੇਖਿਆ ਤਾਂ ਡਾਇਰੈਕਟਰ ਖੜਾ ਸੀ, ਅਸੀਂ ਸਾਹਮਣੇ ਫਿਰ ਇੱਧਰ ਹੀ ਆ ਗਏ ਅਤੇ ਇੱਥੇ ਮੁੰਡੇ ਦੇ ਜੋ ਦੋ ਇਹ ਨਟਕੇ ਉੱਧਰ ਨੂੰ, ਇਹ ਨਟਕੇ ਜਗ੍ਹਾ ਉਹ ਪਰੇ ਫੜੇ ਜੀ, ਉਸ ਤੋਂ ਬਾਅਦ ਇਹ ਲਿਆਂਦੇ ਇੱਥੇ, ਹੁਣ ਟਰੈਕਟਰ ਇੱਥੇ ਆ ਜੀ, ਹੁਣ ਸਾਡੇ ਸਰਾਜ ਅਤੇ ਕਿੰਨੇ ਜਾਣੇ ਫੜੇ ਜੀ? 2 ਬੰਦੇ, 2 ਕੋਈ ਨੱਠੇ ਵੀ ਹੈਗੇ? 2 ਬੰਦੇ, 2 ਦੱਸ ਰਹੇ ਕਹਿੰਦੇ ਨੱਠ ਗਏ ਪਹਿਲਾਂ ਹੀ, ਅਤੇ ਹੁਣ ਕੀ ਕੀਤਾ ਜਾ ਰਿਹਾ ਹੈਗਾ? ਹੁਣ ਇਹਨੂੰ ਅਸੀਂ ਆਪਣੇ ਨਾਲ ਲਿਜਾ ਰਹੇ ਹਾਂ, ਟਰੈਕਟਰ ਵੀ ਅਤੇ ਮੁੰਡੇ ਵੀ, ਅਤੇ ਜਾਂ ਬਾਕੀ ਜਿਹੜੇ 2 ਮੁੰਡੇ ਆ ਉਹ ਬਾਅਦ 'ਚ ਕਵਰ ਕਰਦੇ। ਉੱਥੇ ਪੀੜਤ ਵਿਅਕਤੀ ਨੇ ਕਿਹਾ ਕਿ ਭਾਈ ਆਪਣਾ ਟਰੈਕਟਰ ਝੋਨੇ ਲੱਦਿਆ ਜੀ, ਹਾਂਜੀ, ਤਾਂ ਉਸ ਤੋਂ ਬਾਅਦ 'ਚ ਅਸੀਂ ਸਵੇਰ ਨੂੰ ਮੰਡੀ ਦੀ ਤਿਆਰੀ ਕੀਤੀ ਜੀ। ਅੱਛਾ ਜੀ। ਤਾਂ ਸਵੇਰ ਨੂੰ ਜਿਲ੍ਹਾ ਸੱਤੇ ਉੱਠ ਕੇ ਦੇਖਣ ਲੱਗੇ ਤਾਂ ਟਰੈਕਟਰ ਸਾਡਾ ਚੋਰੀ ਸੀ ਜੀ। ਅੱਛਾ ਜੀ। ਫਿਰ ਅਸੀਂ ਉੱਥੋਂ ਆ ਕੇ ਆਪਣੇ ਪੜੋਗਾ ਪੁਲਿਸ ਰਿਪੋਰਟ ਕੀਤੀ ਜੀ, ਫਿਰ ਉੱਥੋਂ ਅਸੀਂ ਆਉਣ ਵੇਲੇ ਰਸਤੇ ਕੈਮਰੇ ਫੁਟੇਜ ਚੈੱਕ ਕਰਦੇ 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 ਹੁਸ਼ਿਆਰਪੁਰ ਪਹੁੰਚ ਗਏ ਜੀ, ਹਿਮਾਚਲ ਪੁਲਿਸ ਦੇ ਨਾਲ ਹੁਸ਼ਿਆਰਪੁਰ ਪਹੁੰਚ ਗਏ ਜੀ। ਹੁਸ਼ਿਆਰਪੁਰ ਦੇ ਅਸੀਂ ਅੱਜਵਾਲ 4-5 ਗੱਡੀਆਂ ਲੈ ਕੇ ਅਸੀਂ ਆਏ ਸੀ ਤਾਂ 5 ਗੱਡੀਆਂ ਅਲੱਗ ਅਲੱਗ ਪਿੰਡਾਂ 'ਚ ਵਾੜੀਆਂ ਸੀ, ਤਾਂ ਅੱਜਵਾਲ ਪਿੰਡ ਦੇ ਨਾਲ ਸੈਂਚਾ ਪਿੰਡ 'ਚ ਸਾਡੇ ਇੱਕ ਬੰਦੇ ਗੱਡੀ ਵਾਲੇ ਬੰਦੇ ਨੂੰ ਭਰਾ ਨੂੰ ਉਹ ਟਰੈਕਟਰ ਸਾਈਡ 'ਤੇ ਦੇਖਿਆ, ਠੀਕ ਹੈ, ਤਾਂ ਅਸੀਂ ਹੁਣ ਬੰਦੇ 2 ਫੜ ਲਏ ਜੀ, 2 ਬੰਦੇ ਸਾਨੂੰ ਨਹੀਂ ਮਿਲੇ ਜੀ, ਝੋਨਾ ਸਾਡਾ ਟੈਲੀ ਕੱਢ ਕੇ ਵੇਚਿਆ ਜੀ। ਕਿੰਨੇ ਕੁ ਦਾ ਸਮਾਨ ਸੀਗਾ ਉਹ? ਇਹ ਹੋਣਾ ਜੀ 70-80-40 ਕੁਇੰਟਲ ਉੱਪਰ ਝੋਨਾ ਜੀ। ਹਾਂਜੀ, ਤੇ ਚੋਰ ਨੂੰ ਗ੍ਰਿਫਤਾਰ ਕਰ ਲਿਆ? 2 ਫੜ ਲਏ ਜੀ ਤੁਹਾਡੇ ਹਿਮਾਚਲ ਪੁਲਿਸ ਵਾਲਿਆਂ ਨੇ ਜੀ, ਬਾਕੀ ਹੁਣ 2 ਇਹਦੇ ਨਾਲ ਦੇ ਮੰਡੀ ਪੈਸੇ ਪੂਏ ਲੈਣਗੇ। ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੜਕੇ ਨੇ ਆਪਣਾ ਗੁਨਾਹ ਕਬੂਲ ਕਰਦੇ ਹੋਏ ਕਿਹਾ ਕਿ ਤੇਰਾ ਵੀ ਲਪਰੀਤ ਕੁਮਾਰੀ। ਲਪਰੀਤ ਕਿੱਥੇ ਰਹਿਣਾ, ਕੀ ਕਰਦਾ? ਮੈਂ ਤਾਜੇ ਵਾਲੇ ਰਹਿੰਦੇ। ਇਹ ਟਰੈਕਟਰ ਕਿੱਦਾਂ ਚੋਰੀ ਕੀਤਾ ਤੁਸੀਂ? ਟਰੈਕਟਰ ਜੀ ਇਹ ਮੇਰੇ ਨਾਲ ਜਿਹੜੇ ਮੁੰਡੇ ਮੇਰੇ ਨਾਲ ਕੰਮ ਕਰਦੇ ਜੀ, ਮੈਂ ਰੇਤਾ ਭਰਦਾ ਜੀ ਉਹਨਾਂ ਨਾਲ, ਇਹ ਉਹ ਮੈਂ ਉਹਦੇ ਨਾਲ ਰੇਤਾ ਲੇਬਰ ਕਰਦਾ ਹਾਂ ਅਤੇ ਉਹ ਸਵੇਰੇ ਮੈਨੂੰ ਘਰੋਂ ਉਠਾਲ ਕੇ ਰੇਤਾ ਦੇ ਬਹਾਨੇ ਮੈਨੂੰ ਲੈ ਕੇ ਆਏ ਸੀਗੇ ਅਤੇ ਲੈ ਕੇ ਉਹ ਇੱਥੇ ਨੂੰ ਆ ਗਏ, ਉਹ ਦੋਨੋਂ ਜਣੇ ਟਰੈਕਟਰ ਲੈ ਕੇ ਆਏ ਉਹ ਵਾਲੇ। ਅਤੇ ਇਹਦੇ ਵਿੱਚ ਜਿਹੜਾ ਮਾਲ ਸੀਗਾ ਲੱਦਿਆ ਉਹ ਕਿੱਥੇ ਵੇਚਿਆ? ਉਹ ਹੁਸ਼ਿਆਰਪੁਰ ਮੰਡੀ ਵਿੱਚ ਗਿਆ ਜੀ ਦੋਨੋਂ ਜਣੇ। ਕਿੰਨੇ ਦਾ ਵੇਚਿਆ ਉਹ? ਇੱਦਾਂ ਨਹੀਂ ਪਤਾ ਜੀ, ਦੋਨੋਂ ਗਏ ਉਸਦੇ। ਉਹਨਾਂ ਦੇ ਕੀ ਨਾਂ ਹੈਗੇ ਜਿਹੜੇ ਨਾਲ ਦੇ ਸੀ? ਉਹ ਲਿਖਾਏ ਸਰ ਉਹਨਾਂ ਨੇ। ਮੈਨੂੰ ਦੱਸ ਕੀ ਨਾਂ ਸੀ? ਇੱਕ ਦਾ ਨਾਮ ਸਤਵੰਦਰ ਜੀ ਸਿੰਘ ਆ, ਦੂਜੇ ਨਾਮ ਬਿੱਲਾ ਆ। ਉਹ ਕਿੱਥੇ ਦਰਿਆ ਨਾਲ ਆ? ਦੋਨੋਂ ਨਸਰਾ ਦੇ ਜੀ। ਹੁਸ਼ਿਆਰਪੁਰ ਤੋਂ ਅਸ਼ਵਨੀ ਕੁਮਾਰ ਸ਼ਰਮਾ ਦੀ ਰਿਪੋਰਟ।